कब्जा करन दी नीत नाल इन्हां ने साडे ते हमला कीता ते ट्रैक्टर नाल वाहिया कब्जा कीता साडी कणक बीजी हुई दो सिआण लाए हुए सीगे एडी एडी कणक सीगी ਉਹ ਵੀ ਇਹਨਾਂ ਨੇ ਵਿੱਚ ਵਾਹ ਦਿੱਤੀ। ਹਮਲਾ ਕਰਨ ਵਾਲੇ 10-15 ਬੰਦੇ ਹੋਣਗੇ ਵਿੱਚ ਕਈ ਇਹਨਾਂ ਦੇ ਨਾਮ ਹੈਗੇ ਨੇ ਇੱਕ ਮੱਗਰ ਸਿੰਘ ਪੁੱਤਰ ਬੱਗਾ ਸਿੰਘ, ਬਲਵੀਰ ਕੌਰ ਪਤਨੀ ਮੱਗਰ ਸਿੰਘ, ਗੁਰਮੀਤ ਸਿੰਘ ਪੁੱਤਰ ਭਜਨ ਸਿੰਘ, ਬਲਜਿੰਦਰ ਕੌਰ ਪਤਨੀ ਗੁਰਮੀਤ ਸਿੰਘ, ਸੁਖਵੀਰ ਸਿੰਘ ਪੁੱਤਰ ਗੁਰਮੀਤ ਸਿੰਘ, ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਆਪਣੇ ਕਰਨਵੀਰ ਸਿੰਘ ਜੋ ਕਿ ਸੁਭਾਸ਼ ਨਗਰ ਰਹਿ ਰਿਹਾ ਮੱਗਰ ਸਿੰਘ ਦਾ ਦੋਹਤਾ ਲੱਗਦਾ ਵਾ। ਉਹ ਇੱਥੋਂ ਬਦਮਾਸ਼ ਵੀ ਲੈ ਗਿਆ 2-3 ਮੁੰਡੇ ਨਾਲ ਸੀਗੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਹੈ। ਅਤੇ ਇਹ ਸੀਗਾ ਇਹਦੇ ਕਰਨਵੀਰ ਸਿੰਘ ਦੇ ਪਿਤਾ ਦਾ ਨਾਂ ਪਰਮਿੰਦਰ ਸਿੰਘ ਅਤੇ ਦਾਦੇ ਦਾ ਨਾਂ ਸੋਹਣ ਸਿੰਘ। ਇਹ ਬਸਤੀ ਜੋਧੇਵਾਲ ਸੁਭਾਸ਼ ਨਗਰ ਰਹਿੰਦੇ ਨੇ। ਮਾਰਕੀਟ ਆਈ ਪੂਰਾ ਬਾਪ ਵੀ ਸਾਡੀ ਕਣਕ ਬੀਜੀ ਹੋਈ ਸੀਗੀ ਅਤੇ ਅਸੀਂ ਬੈਂਕ ਆਏ ਹੋਏ ਸੀਗੇ। ਸਾਡੇ ਜਾਂਦਿਆਂ ਨੂੰ ਇਹਨਾਂ ਨੇ ਸਾਰੀ ਬਾਤ ਹੀ ਉਹ ਅਤੇ ਜਦੋਂ ਅਸੀਂ ਜਾ ਕੇ ਉੱਥੇ ਰੋਕਿਆ ਅਤੇ ਉਹ ਜਿਹੜੇ ਟਰੈਕਟਰਾਂ ਨਾਲ ਵਾਹੁੰਦੇ ਸੀ ਉਹ ਗੁਰਨਾਮ ਸਿੰਘ ਸਨ ਆਫ ਬਲਕਾਰ ਸਿੰਘ ਅਤੇ ਉਹਦਾ ਮੁੰਡਾ ਬੜਾ ਇੱਕ ਉਹਦਾ ਛੋਟਾ ਮੁੰਡਾ ਉਹ ਕਣਕ ਵਾਹੁੰਦੇ ਸੀ। ਜਦੋਂ ਮੈਂ ਰੋਕਿਆ ਉਹ ਵੀ ਮੈਨੂੰ ਟੁੱਟਣ ਪੈ ਗਏ। ਜਮੀਨ ਦਾ ਮਾਮਲਾ ਸੀਗਾ ਜੀ ਇਹਨਾਂ ਦੇ ਡੈਡੀ ਹੋਣਾ ਤੇ 17-17 ਕਰਨਾਲਾ ਜਮੀਨ ਨਾਮ ਹੈ। ਚਾਰ ਭਾਈ ਨੇ ਸੁਦਾਗਰ ਸਿੰਘ, ਮੱਗਰ ਸਿੰਘ, ਭਜਨ ਸਿੰਘ ਤੇ ਆਪਣੇ ਜਗਨ ਸਿੰਘ। ਇਹ ਡੈਡੀ ਹੁਣੀ ਚਾਰ ਭਾਈ ਸੀਗੇ ਤੇ ਇਹ ਜਮੀਨ ਨੈਸ਼ਨਲ ਹਾਈਵੇ ਨਿਕਲ ਰਿਹਾ ਖੇਤ ਵਿੱਚੋਂ। ਇਸ ਕਰਕੇ ਇਹ ਜ਼ਮੀਨ ਅਸੀਂ 25-30 ਸਾਲਾਂ ਤੋਂ ਇਹ ਬਾਹਰ ਰਹੇ ਹਾਂ। ਅਸੀਂ 2.25 ਕਿੱਲੇ ਬਾਹਰ ਰਹੇ 17 ਕਨਾਲਾਂ, ਲੇਕਿਨ ਹੁਣ ਹਾਈਵੇ ਨਿਕਲਣ ਕਰਕੇ ਇਹ ਮੱਗਰ ਸਿੰਘ ਨੇ ਆਪਣੇ ਕਿੱਲਾ ਕਾਗਜ਼ਾਂ ਵਿੱਚ ਜਦਕਿ ਇਹਦਾ ਨਾਮ ਇੱਧਰ ਬੋਲਦਾ ਸੀ ਇਹ ਕਿੱਲਾ ਉਹਦਾ ਉੱਧਰ ਖਾਸੀ ਵਾਲੀ ਸਾਈਡ ਆ ਅਤੇ ਇਹਨਾਂ ਨੇ ਆਪਸ ਵਿੱਚ ਵਟਾਂਦਰਾ ਕਰਕੇ ਭਾਈਆਂ ਨੇ 2 ਕਿੱਲੇ 17 ਕਨਾਲਾਂ, 2 ਭਾਈਆਂ ਨੇ ਇੱਧਰ ਲਈ ਹੋਈ ਸੀ, 2 ਭਾਈ ਉੱਧਰ ਸੀਗੇ ਅਤੇ ਕਾਗਜ਼ਾਂ ਵਿੱਚ ਮੱਗਰ ਸਿੰਘ ਦਾ ਕਿੱਲਾ ਇੱਧਰ ਬੋਲਦਾ ਸੀ। ਉਹਨੇ ਆਪਦੇ ਪੈਸੇ ਚੱਕ ਲਏ ਨੇ ਹਾਈਵੇ ਦੇ ਵਿੱਚ ਜਿਹੜਾ ਆਇਆ ਵਾ ਉਹਦਾ, ਉਹਦੇ ਪੈਸੇ ਉਹਨੇ ਚੱਕ ਲਏ ਨੇ ਅਤੇ ਉਹਦਾ ਰਕਬਾ ਸੀ 1 ਕਿੱਲਾ, ਨਾਪ ਕੇ ਉਹਦਾ ਛੱਡਿਆ ਹੋਇਆ ਸੀਗਾ। ਸਾਡਾ ਜਿਹੜਾ ਏਰੀਆ ਸੀਗਾ ਜਦੋਂ ਅਸੀਂ ਪਹਿਲਾਂ ਕਣਕ ਬੀਜਣ ਲੱਗਿਆ ਦਿਵਾਲੀ ਵਾਲੇ ਦਿਨ ਟਰੈਕਟਰ ਲੈ ਕੇ ਆਏ ਹਾਂ, ਅਸੀਂ ਕਣਕ ਬੀਜ ਰਹੇ ਸੀ ਉਦੋਂ ਵੀ ਇਹਨਾਂ ਨੇ ਝਗੜਾ ਕੀਤਾ ਅਤੇ ਉਹ ਟਰੈਕਟਰ ਵਾਲਾ ਕਣਕ ਮੇਰੀਆਂ 5 ਕਨਾਲਾਂ ਬੀਜ ਗਿਆ, 3 ਕਨਾਲਾਂ ਮੇਰੀ ਬਾਕੀ ਪਈ ਸੀ ਬੀਜਣੇ ਵਾਲੀ, ਉਹ ਵਿੱਚੇ ਛੱਡ ਕੇ ਭੱਜ ਗਿਆ ਡਰਦਾ ਮਾਰਾ ਅਤੇ ਉਦੋਂ ਵੀ ਇਹ ਮਾਰਨ ਪਏ ਨੇ ਉਹਨਾਂ ਨੂੰ, ਸਾਨੂੰ ਮਾਰਨ ਪਏ ਨੇ। ਅਸੀਂ ਉਹ ਜਿਹੜੇ 3 ਕਨਾਲਾਂ ਸਾਡੀ ਬਚੀ ਹੋਈ ਸੀ ਜ਼ਮੀਨ ਉਹਦੇ ਵਿੱਚ 2 ਸਿਆੜ ਕਣਕ ਦੇ ਹਜੇ ਬੀਜੇ ਸੀ, ਗੇੜਾ ਦਿੱਤਾ ਸੀਗਾ ਉੱਥੇ ਰੋਕ ਦਿੱਤੀ ਸੀ, ਜਦਕਿ ਉਹ ਦਿਵਾਲੀ ਦੀ ਕਣਕ ਬੀਜੀ ਹੋਈ ਹੈ, ਐਡੀ ਐਡੀ ਕਣਕ ਹੋਈ ਹੋਈ ਸੀਗੀ ਉਹ, ਅਤੇ ਇਹਨਾਂ ਨੇ 2 ਸਿਆੜ ਲਾਏ ਹੋਏ ਸੀਗੇ ਜਿਹੜਾ 3 ਕਨਾਲਾਂ ਦਾ ਰੌਲਾ ਸੀਗਾ। ਅਸੀਂ ਤਾਇਆ ਜੀ ਨੂੰ ਕਿਹਾ ਸੀਗਾ ਵੀ ਥੋੜ੍ਹੀ ਜਿਹੀ ਜਿੰਨੀ ਵੀ ਜ਼ਮੀਨ ਆਉਂਦੀ ਹੈ ਕਾਗਜ਼ਾਂ ਦੇ ਹਿਸਾਬ ਨਾਲ ਆਪਾਂ ਬੈਠ ਕੇ ਆਪਾਂ ਕਰ ਲਵਾਂਗੇ। ਇਹਨਾਂ ਨੇ ਅਸੀਂ ਅੱਜ ਬੈਂਕ ਆਏ ਹੋਏ ਸੀਗੇ ਅਤੇ ਇਹਨਾਂ ਨੇ ਬਾਅਦ ਦੇ ਵਿੱਚ ਉਹ ਟਰੈਕਟਰ ਵਾੜ ਕੇ ਕਣਕ ਵਾਹੁਣ ਦੀ ਕੋਸ਼ਿਸ਼ ਕੀਤੀ, ਕਣਕ ਵਾਹਤੀ ਉਹ ਸਾਰੀ। ਡੈਡੀ ਦੇ ਨਾਮ ਬੋਲਦੇ ਪਏ ਨੇ ਉਹ, ਇਹ 1 ਕਿੱਲਾ ਜੀ।